ਸਤਿ ਸ਼੍ਰੀ ਅਕਾਲ ਲੋਕਰਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ। ਦੋਸਤੋ, ਲਗਾਤਾਰ ਕਿਸਾਨੀ ਅੰਦੋਲਨ ਤੋਂ ਬਾਅਦ ਜਦੋਂ ਆਪਾਂ ਕਿਸਾਨ ਮੂਵਮੈਂਟ ਦੀ ਗੱਲ ਕਰਦੇ ਹਾਂ ਸੂਬੇ ਦੇ ਵਿੱਚ, ਪੰਜਾਬ ਦੇ ਵਿੱਚ, ਤਾਂ ਕਿਸਾਨ ਜਥੇਬੰਦੀਆਂ ਲਗਾਤਾਰ ਆਪਣੇ ਪੱਧਰ ਦੇ ਉੱਤੇ ਛੋਟੇ ਛੋਟੇ ਉਪਰਾਲੇ ਕਰ ਰਹੀਆਂ ਨੇ। ਆਹ ਉਪਰਾਲੇ ਤਮਾਮ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ, ਜਿਵੇਂ ਜ਼ੀਰਾ ਫੈਕਟਰੀ ਦੇ ਆਪਾਂ ਜਾਣਦੇ ਹਾਂ। ਜ਼ੀਰਾ ਫੈਕਟਰੀ ਨੂੰ ਅੰਦੋਲਨ ਚੱਲਦਿਆਂ ਕਿੰਨਾ ਲੰਮਾ ਸਮਾਂ ਹੋ ਗਿਆ, ਉਹਨੂੰ ਲੈ ਕੇ ਤਮਾਮ ਜਥੇਬੰਦੀਆਂ ਇਕੱਠੇ ਹੋ ਕੇ ਜ਼ੀਰਾ ਫੈਕਟਰੀ ਨੂੰ ਬੰਦ ਕਰਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਖੇਤੀ ਦੀ ਸਮੱਸਿਆ ਹੈਗੀ ਹੈ, ਕਰਜ਼ਾ ਇੱਕ ਸਮੱਸਿਆ ਹੈਗੀ ਹੈ। ਆਮ ਆਦਮੀ ਪਾਰਟੀ ਦੀ ਸੂਬੇ ਦੇ ਵਿੱਚ ਸਰਕਾਰ ਹੈ ਅਤੇ ਕਿਸਾਨ ਜਥੇਬੰਦੀਆਂ ਲਗਾਤਾਰ ਵਿਰੋਧੀ ਧਿਰ ਨਿਭਾਉਂਦੀਆਂ ਹੋਈਆਂ, ਵਿਰੋਧੀ ਧਿਰ ਦੀ ਜ਼ਿੰਮੇਵਾਰੀ ਨਿਭਾਉਂਦੀਆਂ ਹੋਈਆਂ ਆਪਾਂ ਨੂੰ ਦਿਖਾਈ ਦੇ ਰਹੀਆਂ ਨੇ। ਇੱਕ ਪ੍ਰੋਗਰਾਮ ਦਿੱਤਾ ਜਾਂਦਾ ਕਿਸਾਨ ਜਥੇਬੰਦੀਆਂ ਵੱਲੋਂ, ਖਾਸ ਕਰਕੇ ਉਗਰਾਹਾਂ ਜਥੇਬੰਦੀ ਵੱਲੋਂ, ਕਿ 5 ਜਨਵਰੀ ਨੂੰ ਅਸੀਂ 12 ਤੋਂ ਲੈ ਕੇ 3 ਤੱਕ 3 ਘੰਟੇ, ਯਾਨੀ ਕਿ ਟੋਲ ਪਲਾਜ਼ੇ ਜਿਹੜੇ ਹੈਗੇ ਨੇ, ਕਾਫੀ ਹੱਦ ਤੱਕ ਉਹ ਫ੍ਰੀ ਕਰਾਂਗੇ ਅਸੀਂ 5 ਜਨਵਰੀ ਨੂੰ। ਇਸੇ ਤਹਿਤ ਇਸ ਜ਼ਿੰਮੇਵਾਰੀ ਦੀ ਪਾਲਣਾ ਕਰਦੇ ਹੋਏ ਗੁਰਾਹਾਂ ਜਥੇਬੰਦੀ ਦਾ ਜਿਹੜਾ ਕੇਡਰ ਹੈ, ਉਹ ਆਪਣੇ ਆਪਣੇ ਜਿੱਥੇ ਵੀ ਟੋਲ ਪਲਾਜ਼ੇ ਨੇੜੇ ਪੈਂਦੇ ਨੇ, ਉਹਨਾਂ ਟੋਲ ਪਲਾਜ਼ਿਆਂ ਨੂੰ ਫ੍ਰੀ ਕਰਨ ਦੇ ਲਈ ਪਹੁੰਚਦੇ ਨੇ। ਅੱਜ ਅਸੀਂ ਮੌਜੂਦ ਹਾਂ ਪਟਿਆਲਾ ਦੇ ਧਰੇੜੀ ਜੱਟਾਂ ਟੋਲ ਪਲਾਜ਼ੇ ਦੇ ਉੱਤੇ। ਧਰੇੜੀ ਜੱਟਾਂ ਟੋਲ ਪਲਾਜ਼ਾ ਕਿਸਾਨੀ ਅੰਦੋਲਨ ਤੋਂ ਹੀ ਬੜਾ ਮਸ਼ਹੂਰ ਟੋਲ ਪਲਾਜ਼ਾ ਰਿਹਾ, ਬੜੀਆਂ ਘਟਨਾਵਾਂ ਅਤੇ ਬੜੀਆਂ ਯਾਦਾਂ ਕਿਸਾਨਾਂ ਦੀਆਂ ਇਸ ਟੋਲ ਪਲਾਜ਼ੇ ਦੇ ਨਾਲ ਜੁੜੀਆਂ ਹੋਈਆਂ ਨੇ। ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਉਦੋਂ ਸਿੱਧੂਪੁਰ ਯੂਨੀਅਨ ਹੋ ਗਈ, ਉਗਰਾਹਾਂ ਯੂਨੀਅਨ ਹੋ ਗਈ, ਕ੍ਰਾਂਤੀਕਾਰੀ ਯੂਨੀਅਨ ਹੋ ਗਈ, ਸਾਰਿਆਂ ਨੇ ਇਕੱਠੇ ਹੋ ਕੇ ਆਹ ਟੋਲ ਪਲਾਜ਼ਾ ਰੋਕਿਆ ਹੋਇਆ ਸੀ, ਅਤੇ ਅੱਜ ਉਗਰਾਹਾਂ ਜਥੇਬੰਦੀ ਨੇ ਆਹ ਟੋਲ ਪਲਾਜ਼ਾ ਫ੍ਰੀ ਕੀਤਾ ਹੋਇਆ। ਸਾਡੇ ਨਾਲ ਸਾਰੇ ਕਿਸਾਨ ਨੇ, ਇੱਕ ਵਾਰ ਤੁਸੀਂ ਦੇਖ ਲਓ ਉਗਰਾਹਾਂ ਜਥੇਬੰਦੀ ਦੇ ਸਾਡੇ ਨਾਲ ਸਾਰਾ ਕੇਡਰ ਹੈ। ਜਦੋਂ ਆਪਾਂ ਪਟਿਆਲਾ ਤੋਂ ਰਾਜਪੁਰਾ ਨੂੰ ਜਾਂਦੇ ਹਾਂ, ਉਸ ਰੋਡ ਦੇ ਉੱਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਪਿੰਡ ਪੈਂਦਾ ਅਤੇ ਧਰੇੜੀ ਪਿੰਡ ਪੈਂਦਾ, ਉੱਥੇ ਹੀ ਧਰੇੜੀ ਜੱਟਾਂ ਟੋਲ ਪਲਾਜ਼ਾ। ਇੱਕ ਵਾਰ ਤੁਸੀਂ ਇੱਧਰ ਦੇਖ ਸਕਦੇ ਹੋ ਕਿ ਕਿਵੇਂ ਜਾਮ ਕੀਤਾ ਗਿਆ ਸਾਰਾ ਜਿਹੜਾ ਰੋਡ ਹੈ, ਟੋਲ ਪਲਾਜ਼ਾ ਫ੍ਰੀ ਕੀਤਾ ਗਿਆ, ਟੋਲ ਪਲਾਜ਼ੇ ਦੇ ਵਿੱਚੋਂ ਐਂਟਰੀ ਨਹੀਂ ਹੈਗੀ, ਸਾਈਡ ਦੇ ਵਿੱਚੋਂ ਜਿਹੜਾ ਫ੍ਰੀ ਵੇ ਹੁੰਦਾ ਉੱਥੋਂ ਜਿਹੜਾ ਹੈਗਾ ਉਹ ਰਸਤਾ ਬਣਾਇਆ ਗਿਆ। ਸਾਡੇ ਨਾਲ ਕਿਸਾਨ ਆਗੂ ਨੇ, ਸਾਰੇ ਨਾਲ ਮਿਲ ਕੇ ਆਪਾਂ ਗੱਲਬਾਤ ਕਰਾਂਗੇ ਅਤੇ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ 3 ਘੰਟੇ ਦੇ ਲਈ ਟੋਲ ਪਲਾਜ਼ਾ ਫ੍ਰੀ ਕੀਤਾ ਗਿਆ। ਅਤੇ ਸਾਡੇ ਨਾਲ ਨੌਜਵਾਨ ਸਾਥੀ ਨੇ, ਬਾਈ ਜੀ ਕੀ ਨਾਮ ਆਪਣਾ? ਮੇਰਾ ਨਾਮ ਸੁਖਮਿੰਦਰ ਸਿੰਘ ਬਾਰਨ, ਬਲਾਕ ਪ੍ਰਧਾਨ ਪਟਿਆਲਾ 2 ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ। ਕਿਹੜੀਆਂ ਕਿਹੜੀਆਂ ਮੰਗਾਂ ਨੂੰ ਮੁੱਖ ਰੱਖ ਕੇ ਅੱਜ 3 ਘੰਟੇ ਦੇ ਲਈ ਫ੍ਰੀ ਕੀਤਾ ਗਿਆ ਟੋਲ? ਅੱਜ ਜਿਹੜਾ ਸਾਡਾ ਮੇਨ ਮੁੱਖ ਮੰਗ ਤਾਂ ਇਹੀ ਹੈ ਜੀ, ਜੋ ਇਸ ਰੋਡਾਂ ਦੇ ਉੱਤੇ ਇਹ ਟੋਲ ਪਲਾਜ਼ੇ ਨੇ, ਇਹ ਬਿਲਕੁਲ ਟੋਲ ਪਲਾਜ਼ੇ ਬੰਦ ਹੋਣੇ ਚਾਹੀਦੇ ਨੇ, ਕਿਉਂਕਿ ਸਰਕਾਰ ਨੇ ਇਹ ਬਿਲਕੁਲ ਨਜਾਇਜ਼ ਤਰੀਕੇ ਦੇ ਨਾਲ ਇਹ ਟੋਲ ਪਲਾਜ਼ੇ ਚਲਾਏ ਹੋਏ ਨੇ। ਕਿਉਂਕਿ ਜਦੋਂ ਕੋਈ ਵੀ ਆਪਾਂ ਵਾਹਨ ਲੈਂਦੇ ਹਾਂ ਤਾਂ ਉਦੋਂ ਰੋਡ ਟੈਕਸ ਉਸੇ ਟਾਈਮ ਜਦੋਂ ਖਰੀਦ ਕਰਦੇ ਉਹਦੀ ਤਾਂ ਲਿਆ ਜਾਂਦਾ। ਇਹ ਨਜਾਇਜ਼ ਤੌਰ ਦੇ ਉੱਤੇ ਇਹ ਜਿਹੜੇ ਟੋਲ ਪਲਾਜ਼ੇ ਚੱਲ ਰਹੇ ਨੇ, ਅੱਜ ਸਰਕਾਰ ਨੂੰ ਦੱਸਣ ਲਈ ਹੀ ਇਹ ਸਿਰਫ 3 ਘੰਟੇ ਦਾ ਉਗਰਾਹਾਂ ਜਥੇਬੰਦੀ ਵੱਲੋਂ ਸੰਕੇਤਕ ਧਰਨਾ ਹੈ ਜਿਹੜਾ ਉਹ ਲੱਗਿਆ 12 ਤੋਂ 3 ਵਜੇ ਤੱਕ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਰਕਾਰ ਨੇ ਆਪਣੇ ਆਪ ਇਹ ਨਾ ਬੰਦ ਕੀਤੇ ਤਾਂ ਹੋ ਸਕਦਾ ਸੀ ਇਹਨਾਂ ਨੂੰ ਬਿਲਕੁਲ ਪੱਕੇ ਤੌਰ ਦੇ ਉੱਤੇ ਬੰਦ ਕਰਨ ਵਾਸਤੇ ਜਥੇਬੰਦੀ ਕੋਈ ਫੈਸਲਾ ਲਵੇਗੀ। ਜਿਵੇਂ ਜਿਹੜੇ ਟੋਲ ਪਲਾਜ਼ਿਆਂ ਦੀ ਮਿਆਦ ਪੁੱਗ ਗਈ, ਮਿਆਦ ਖਤਮ ਹੋ ਗਈ ਜਿਹਨਾਂ ਟੋਲ ਪਲਾਜ਼ਿਆਂ ਦੀ, ਉਹ ਟੋਲ ਪਲਾਜ਼ੇ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਕਿ ਅਸੀਂ ਕੰਟੀਨਿਊ ਨਹੀਂ ਕੀਤੇ, ਐਕਸਟੈਂਡ ਨਹੀਂ ਉਹਨਾਂ ਦੀ ਡੇਟ ਕੀਤੀ, ਅਸੀਂ ਖਤਮ ਕੀਤੇ। ਇਹ ਬਿਲਕੁਲ ਸਰਕਾਰ ਝੂਠੀਆਂ ਗੱਲਾਂ ਕਰਦੀ ਆ। ਆ ਸਾਡੇ ਨਾਲ ਹੀ ਪਟਿਆਲੇ ਦੇ ਵਿੱਚ ਹੀ ਸਮਾਣਾ ਰੋਡ ਦੇ ਉੱਤੇ ਟੋਲ ਪਲਾਜ਼ਾ ਲੱਗਿਆ ਹੋਇਆ, ਉਸ ਦਾ ਇਸ ਸਰਕਾਰ ਨੇ ਹੀ 1 ਸਾਲ ਦੀ ਮਿਆਦ ਆ ਜਿਹੜੀ ਉਹ ਵਧਾਈ ਆ, ਨਹੀਂ ਉਸ ਟੋਲ ਪਲਾਜ਼ੇ ਦੀ ਜਿਹੜੀ ਮਿਆਦ ਸੀ ਉਹ ਖਤਮ ਹੋ ਚੁੱਕੀ ਸੀਗੀ। ਇਹ ਸਰਕਾਰ ਆ ਜਿਹੜੀ ਬਿਲਕੁਲ ਝੂਠੀਆਂ ਗੱਲਾਂ ਦੇ ਨਾਲ ਅਤੇ ਲੋਕਾਂ ਦੇ ਪੈਸੇ ਨਾਲ ਝੂਠੇ ਇਸ਼ਤਿਹਾਰਬਾਜ਼ੀ ਕਰ ਰਹੀ ਆ, ਜੋ ਕਿ ਸਰਾਸਰ ਲੋਕਾਂ ਨਾਲ ਬੇਇਨਸਾਫੀ ਆ। ਇਸ ਕਰਕੇ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਜਿਹੜੇ ਇਹ ਟੋਲ ਪਲਾਜ਼ੇ ਲੱਗੇ ਹੋਏ ਨੇ ਪੰਜਾਬ ਦੇ ਵਿੱਚ, ਘੱਟੋ ਘੱਟ ਇਹ ਸਰਕਾਰ ਆ ਜਿਹੜੀ ਇਹ ਬੰਦ ਕਰ ਸਕਦੀ ਆ ਜਿਹੜੇ ਪੰਜਾਬ ਸਰਕਾਰ ਦੇ ਅਧੀਨ ਆਉਂਦੇ ਨੇ। ਅੱਜ ਇਹਦੇ 'ਚ ਸਿਰਫ 3 ਘੰਟੇ ਦੇ ਜਾਮ ਦੇ ਵਿੱਚ ਆਹੀ ਮੰਗਾਂ ਸੀ ਕਿ ਟੋਲ ਪਲਾਜ਼ੇ ਫ੍ਰੀ ਕੀਤੇ ਜਾਣ, ਹੋਰ ਕਿਸੇ ਤਰ੍ਹਾਂ ਦੀ ਕੋਈ ਮੰਗ ਇਨਕਲੂਡ ਨਹੀਂ ਸੀ ਵਿੱਚ? ਨਹੀਂ, ਮੇਨ ਮੰਗ ਸਾਡੀ ਇਹੀ ਆ ਵੀ ਜਿਹੜੇ ਇਹ ਰੋਡਾਂ ਦੇ ਉੱਤੋਂ ਟੋਲ ਨੇ, ਜਿਹੜੇ ਇਹ ਟੋਲ ਮੁਕਤ ਕੀਤੇ ਜਾਣ ਰੋਡ, ਕਿਉਂਕਿ ਜਿਹੜੇ ਰੋਡ ਨੇ ਸਰਕਾਰ ਇੱਕ ਪਾਸੇ ਦਾ ਕਹਿੰਦੀ ਆ ਵੀ ਇਹ ਰੋਡ ਨੇ ਜਿਹੜੇ ਹਰ ਇੱਕ ਇਸ਼ਤਿਹਾਰਬਾਜ਼ੀ ਦੇ ਵਿੱਚ, ਹਰ ਇੱਕ ਇਲੈਕਸ਼ਨ ਦੇ ਵਿੱਚ ਸਰਕਾਰ ਇਹ ਕਹਿੰਦੀ ਆ ਵੀ ਅਸੀਂ 1 ਕਿਲੋਮੀਟਰ ਦੀਆਂ ਰੋਡਾਂ ਬਣਾਤੀਆਂ। ਜੇ ਸਰਕਾਰ ਨੇ ਰੋਡਾਂ ਬਣਾਈਆਂ ਨੇ ਤਾਂ ਇਹ ਟੋਲ ਟੈਕਸ ਨੇ ਜਿਹੜੇ, ਇਹ ਪ੍ਰਾਈਵੇਟ ਲੋਕ ਕਿਉਂ ਇੱਥੇ ਟੋਲ ਲੈ ਰਹੇ ਨੇ ਲੋਕਾਂ ਤੋਂ? ਤਾਂ ਇਹ ਸਰਕਾਰ ਲੋਕਾਂ ਨੂੰ, ਸਰਕਾਰ ਕਟਹਿਰੇ ਦੇ ਵਿੱਚ ਖੜਦੀ ਹੈ ਇਸ ਚੀਜ਼ 'ਤੇ, ਲੋਕਾਂ ਨੂੰ ਦੱਸਣਾ ਬਣਦਾ ਵੀ ਇਹ ਟੋਲ ਟੈਕਸ ਕਿਉਂ ਲਾਏ ਨੇ ਸਰਕਾਰ ਨੇ। ਜੀ ਬਿਲਕੁਲ, ਸਾਡੇ ਨਾਲ ਹੋਰ ਵੀ ਬਜ਼ੁਰਗ ਕਿਸਾਨ ਆਗੂ ਨੇ, ਅੱਗੇ ਆ ਜਾਓ ਥੋੜ੍ਹਾ ਜਿਹਾ ਤੁਸੀਂ, ਅਤੇ ਕੋਈ ਗੱਲ ਨਹੀਂ ਤੁਸੀਂ ਕੀ ਨਾਮ ਹੈ ਤੁਹਾਡਾ? ਗੁਰਮੀਤ ਸਿੰਘ ਆ ਜੀ। ਗੁਰਮੀਤ ਸਿੰਘ ਜੀ, ਜਿਵੇਂ ਬਾਈ ਜੀ ਹੋਰਾਂ ਦੱਸਿਆ ਕਿ ਜਿਹੜੇ ਟੋਲ ਪਲਾਜ਼ੇ ਨੇ ਆਹ ਗੈਰ ਕਾਨੂੰਨੀ ਤਰੀਕੇ ਨਾਲ ਲੱਗੇ ਹੋਏ ਨੇ, ਰੋਡ ਟੈਕਸ ਅਸੀਂ ਪਹਿਲਾਂ ਹੀ ਪੇ ਕਰਦੇ ਹਾਂ, ਇਸ ਕਰਕੇ ਹਟਾਏ ਜਾਣ। ਹਾਂ, ਅਸੀਂ ਇਹ ਮੰਗ ਕਰਦੇ ਹਾਂ ਗ੍ਰਾਮ ਪਾਰਟੀ ਵੀ ਇਹ ਟੋਲ ਪਲਾਜ਼ੇ ਬੰਦ ਹੋ ਜਾਣੇ ਚਾਹੀਦੇ ਨੇ।
ਬੰਦ ਹੋ ਜਾਣ। ਬਾਈ ਜੀ, ਨੌਜਵਾਨ ਖਾਸ ਕਰਕੇ ਜਦੋਂ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈ ਗਈਆਂ ਉਦੋਂ ਨੌਜਵਾਨ ਵੱਡੀ ਪੱਧਰ ਉੱਤੇ ਨਾਲ ਸੀ ਪਾਰਟੀ ਦੇ, ਕਿਉਂਕਿ ਬਦਲਾਅ ਦੀ ਇੱਕ ਨੀਤੀ ਸੀ, ਇਨਕਲਾਬ ਦੀ ਇੱਕ ਨੀਤੀ ਸੀ। ਅੱਜ ਪਾਰਟੀ ਦੀ ਕਾਰਜ ਵਿਧੀ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਕਿਉਂਕਿ ਇੱਕ ਪਾਸੇ ਤਾਂ ਪਾਰਟੀ ਕਹਿੰਦੀ ਹੈ ਕਿ ਸਾਨੂੰ ਤੁਸੀਂ ਸਮਾਂ ਦਿਓ, ਹਜੇ ਸਾਨੂੰ ਇੱਕ ਸਾਲ ਹੋਇਆ, ਇਹਨੂੰ ਇੱਕ ਸਾਲ ਵੀ ਨਹੀਂ ਹੋਇਆ ਹੈਗਾ, ਤੁਸੀਂ ਸਾਨੂੰ ਸਮਾਂ ਦਿਓਗੇ, ਧਰਨੇ ਦੀ ਲੋੜ ਨਹੀਂ ਪੈਣੀ, ਧਰਨਿਆਂ ਦੀ ਅਸੀਂ ਜਿਹੜੀ ਲੋੜ ਹੈ ਉਹ ਅਸੀਂ ਖਤਮ ਕਰ ਦੇਵਾਂਗੇ, ਪਰ ਸਾਨੂੰ ਸਮਾਂ ਥੋੜ੍ਹਾ ਦਿਓ। ਦੇਖੋ ਜੀ, ਜਿਸ ਸਮੇਂ ਸਰਕਾਰ ਆਈ ਸੀ ਬੜੇ ਭਰੋਸੇ ਨਾਲ ਲੋਕਾਂ ਨੇ ਵੋਟਾਂ ਪਾਈਆਂ, ਨੌਜਵਾਨਾਂ ਨੇ ਬੜੇ ਜੋਸ਼ ਨਾਲ ਕਿ ਬਦਲਾਅ ਆਊਗਾ, ਪਰ ਜਿਵੇਂ ਕਿ ਜਥੇਬੰਦੀ ਦੀ ਪਹਿਲਾਂ ਵੀ ਨੀਤੀ ਆ, ਜਥੇਬੰਦੀ ਪਹਿਲਾਂ ਵੀ ਕਹਿੰਦੀ ਆ ਕਿ ਸਿਰਫ ਚਿਹਰੇ ਬਦਲਦੇ ਨੇ, ਨੀਤੀਆਂ ਪਾਲਸੀਆਂ ਇਹ ਜਿਹੜੀ ਆਪਾਂ ਐਗਜ਼ੈਂਪਲ ਆ ਕਾਰਪੋਰੇਟ ਘਰਾਣੇ ਨਹੀਂ ਚੱਲਦੀਆਂ ਨੇ, ਉਸ ਦੇ ਤਹਿਤ ਹੀ ਇਹ ਸਰਕਾਰ ਕੰਮ ਕਰ ਰਹੀ ਆ। ਜੇ ਅਸੀਂ ਦੇਖਿਆ ਜਾਵੇ, ਹੁਣ ਜੀਰੇ ਵਾਲਾ ਇੱਕ ਵੱਡਾ ਮਸਲਾ ਇਸ਼ੂ ਸਭ ਨੂੰ ਪਤਾ ਚੱਲ ਰਿਹਾ, ਸਰਕਾਰ ਕਹਿ ਰਹੀ ਆ ਕਿ ਲੋਕਾਂ ਦੀ ਸਰਕਾਰ ਆ, ਜਦੋਂ 40 ਪਿੰਡਾਂ ਨੂੰ ਛੱਡ ਕੇ ਪਹਿਲਾਂ 40 ਪਿੰਡ ਬੈਠੇ ਸੀ ਪੂਰਾ ਪੰਜਾਬ, ਉੱਥੇ ਜਾ ਕੇ ਵੱਖ ਵੱਖ ਜਥੇਬੰਦੀਆਂ ਬੈਠੀਆਂ, ਸਾਡੀ ਜਥੇਬੰਦੀ ਵੀ ਬੈਠੀ ਆ, ਫਿਰ ਇਹ ਸਰਕਾਰ ਜੇ ਲੋਕਾਂ ਦੀ ਸਰਕਾਰ ਆ, ਭਗਵੰਤ ਮਾਨ ਕਹਿੰਦਾ ਸੀ ਕਿ ਲੋਕਾਂ ਦੀ ਆ, ਫਿਰ ਉਹਨਾਂ ਨੇ ਹੁਣ ਤੱਕ ਲੋਕਾਂ ਦੀ ਮੰਗ ਕਿਉਂ ਨਹੀਂ ਸੁਣੀ? ਉੱਥੇ ਆਪ ਜਾ ਕੇ ਜਿਹੜੀਆਂ ਇਹਨਾਂ ਦੀਆਂ ਕਮੇਟੀਆਂ ਬਣਦੀਆਂ ਨੇ, ਉਹਨਾਂ ਦੇ ਵਿੱਚ ਇਹਨਾਂ ਦੇ ਵੱਖ ਵੱਖ ਆਪਣੇ ਮੈਂਬਰ ਪਾਏ ਜਾਂਦੇ ਆ, ਅੰਦਰ ਬੋਰਾਂ ਦੇ ਵਿੱਚੋਂ ਸੈਂਪਲ ਨਹੀਂ ਭਰੇ ਗਏ, ਅਤੇ ਜਿਹੜੀ ਧਰਨਿਆਂ ਦੀ ਗੱਲ ਕਰਦਾ ਸੀ ਭਗਵੰਤ ਮਾਨ ਵੀ ਕਰਦਾ ਸੀ, ਇਹਨਾਂ ਦੇ ਹੋਰ ਵੀ ਕਰਦੇ ਸੀ ਵੀ ਅਸੀਂ ਧਰਨੇ ਨਹੀਂ ਲੱਗਣ ਦੇਣੇ, ਧਰਨਾ ਲੱਗਣ ਤੋਂ ਪਹਿਲਾਂ ਮਸਲੇ ਹੱਲ ਹੋਣਗੇ। ਹੁਣ ਤੁਸੀਂ ਦੇਖ ਸਕਦੇ ਹਾਂ ਪਿਛਲੇ ਸਮੇਂ ਵਿੱਚ ਵੱਖ ਵੱਖ ਵਰਗਾਂ ਦੇ ਲੋਕਾਂ ਤੋਂ, ਚਾਹੇ ਉਹ ਟੀਚਰ ਨੇ, ਚਾਹੇ ਬਿਜਲੀ ਦੇ ਕੱਚੇ ਮੁਲਾਜ਼ਮ ਨੇ, ਚਾਹੇ ਕੋਈ ਕਿਸਾਨ ਨੇ, ਉਹਨਾਂ ਤੋਂ ਧਰਨੇ ਲਗਾਏ ਗਏ। ਇਹ ਤਾਂ ਇੰਨੀ ਕਰੂਰਤਾ ਵਾਲੀ ਸਰਕਾਰ ਸਾਹਮਣੇ ਆਈ ਆ ਕਿ ਧਰਨੇ ਤਾਂ ਪਹਿਲੀਆਂ ਸਰਕਾਰਾਂ 'ਚ ਲੱਗਦੇ ਸੀ, ਇਹ ਤਾਂ ਲਾਠੀ ਚਾਰਜ ਕਰਦੇ ਨੇ, ਸਾਡੀਆਂ ਧੀਆਂ ਭੈਣਾਂ ਦੀਆਂ ਪੱਤਾਂ ਨਹੀਂ ਦੇਖਦੇ। ਇੱਕ ਮਤਲਬ ਕਿ ਮਰਦ ਜਿਹੜੇ ਪੁਲਿਸ ਵਾਲੇ ਨੇ ਉਹ ਵੀ ਲਾਠੀ ਚਾਰਜ ਕਰਦੇ ਨੇ, ਪਰ ਇਹ ਸਰਕਾਰ ਅੱਖਾਂ ਵਿੱਚ ਹੀ ਬੈਠੀ ਆ ਭਗਵੰਤ ਮਾਨ ਦੀ ਸਰਕਾਰ। ਜਦੋਂ ਮਜ਼ਦੂਰਾਂ ਨੇ ਪਿੱਛੇ ਸੰਗਰੂਰ 'ਚ ਧਰਨਾ ਲਾਉਣਾ ਚਾਹਿਆ ਤਾਂ ਇਹਨਾਂ ਨੇ 144 ਲਾ ਕੇ ਉਹ ਮਜ਼ਦੂਰ ਜਥੇਬੰਦੀਆਂ ਨੂੰ ਕਿਹਾ ਕਿ ਅਸੀਂ ਧਰਨਾ ਨਹੀਂ ਲੱਗਣ ਦਿੰਦੇ, ਉੱਥੇ ਵੀ ਅਗਰਾਹਾਂ ਜਥੇਬੰਦੀ ਨੇ ਉਹਨਾਂ ਦੀ ਸਪੋਰਟ ਕਰਕੇ ਧਰਨਾ ਲਗਵਾਇਆ, ਅਤੇ ਪਟਿਆਲੇ 'ਚ ਲਾਠੀ ਚਾਰਜ ਕਰਿਆ, ਉੱਥੇ ਵੀ ਲਾਠੀ ਚਾਰਜ, ਉਸ ਤੋਂ ਪਹਿਲਾਂ ਬਿਜਲੀ ਕਾਮਿਆਂ 'ਤੇ ਵੀ ਇੱਥੇ ਪਟਿਆਲੇ ਦੇ ਵਿੱਚ ਲਾਠੀ ਚਾਰਜ ਕਰਿਆ, ਰਾਤ ਨੂੰ ਚੱਕ ਕੇ ਲੈ ਕੇ ਗਏ, ਅਤੇ ਜਥੇਬੰਦੀ ਨੇ ਉਹਨਾਂ ਨੂੰ ਰਾਤ ਨੂੰ ਦੁਬਾਰਾ ਵਾਪਸ ਲਿਆ ਕੇ ਪਟਿਆਲੇ ਬਿਜਲੀ ਬੋਰਡ ਦੇ ਦਫ਼ਤਰ ਦੇ ਸਾਹਮਣੇ ਦੁਬਾਰਾ ਧਰਨਾ ਲਵਾਇਆ। ਵੀ ਇਹ ਸਰਕਾਰ ਦੇ ਖੋਖਲੇ ਅਤੇ ਝੂਠੇ ਵਾਅਦੇ ਸੀ ਜਿਹੜੇ ਸਰਕਾਰ ਪਹਿਲਾਂ ਕਰਦੀ ਸੀ, ਇਹ ਚਿਹਰੇ ਬਦਲੇ ਨੇ। ਇਹ ਭਗਵੰਤ ਮਾਨ ਜੋ ਪਹਿਲਾਂ ਆ ਕੇ ਨੁੱਕਰਾਂ ਦੇ ਵਿੱਚ ਬੋਲਦਾ ਸੀ ਕਿ ਮੈਂ ਇਹ ਕਰ ਦੂੰ ਵਾਹ ਕਰ ਦੂੰ, ਹੁਣ ਉਹਦੇ ਮੂੰਹ ਦੇ ਉੱਤੇ ਚੇਪੀ ਲੱਗ ਚੁੱਕੀ ਆ, ਉਹ ਕਾਰਪੋਰੇਟਾਂ ਦੀ ਬੋਲੀ ਬੋਲਦਾ ਅਤੇ ਆਮ ਲੋਕਾਂ ਤੋਂ ਬਹੁਤ ਦੂਰ ਚਲਿਆ ਗਿਆ। ਜਿਹੜੇ VIP ਕਲਚਰ ਖਤਮ ਕਰਨ ਦੀਆਂ ਗੱਲਾਂ ਕਰਦੇ ਸੀ, ਅੱਜ ਭਗਵੰਤ ਮਾਨ ਦੀ ਗੱਡੀ ਜਦੋਂ ਲੰਘਦੀ ਆ ਤਾਂ ਰੋਡ ਦੇ ਉੱਤੇ ਜਿਵੇਂ ਪਹਿਲਾਂ ਮੁੱਖ ਮੰਤਰੀਆਂ ਦੀ ਲੰਘਦੀ ਸੀ ਉਸੇ ਤਰ੍ਹਾਂ ਪੁਲਿਸ ਖੜੀ ਆ। ਜਦੋਂ ਤੁਸੀਂ ਇੱਥੇ ਧਰਨਾ ਸਟਾਰਟ ਕੀਤਾ ਜਾਂ ਟੋਲ ਤੁਸੀਂ ਫ੍ਰੀ ਕੀਤੇ, ਮਾਨ ਸਾਹਿਬ ਤਾਂ ਸ਼ਾਇਦ ਉਦੋਂ ਵੀ ਲੰਘ ਕੇ ਗਏ ਨੇ? ਹਾਂ, ਮੈਂ ਉਹੀ ਗੱਲ ਕਰਦਾ, ਪਿਛਲੇ ਦਿਨ ਮੈਂ ਵੀ ਰੋਡ ਤੋਂ ਆ ਰਿਹਾ ਸੀ, ਨਹੀਂ ਕਿਉਂਕਿ ਸਾਡੀ ਕੋਈ ਜਥੇਬੰਦੀ ਦਾ ਇਸ ਤਰ੍ਹਾਂ ਦਾ ਪ੍ਰੋਗਰਾਮ ਨਹੀਂ, ਅਸੀਂ ਇੱਕ ਬਾਕਾਇਦਾ ਉੱਦਾਂ ਵਿਰੋਧ ਦੇ ਤੌਰ 'ਤੇ ਨਹੀਂ, ਆਪਣੀ ਗੱਲਬਾਤ ਰੱਖਣ ਦੇ ਤੌਰ 'ਤੇ। ਨਹੀਂ, ਹੁਣ ਇੱਦਾਂ ਰੋਡ ਚੱਲਦਾ ਇੰਨੀ ਜਲਦੀ 'ਚ ਪਤਾ ਵੀ ਨਹੀਂ ਲੱਗਦਾ, ਸ਼ਾਇਦ ਲੰਘੀ ਆ ਲੱਗਿਆ ਸਾਨੂੰ ਵੀ, ਪਰ ਕੋਈ ਇਸ ਤਰ੍ਹਾਂ ਦਾ, ਕਿਉਂਕਿ ਅਸੀਂ ਇੱਕ ਸਾਡੀ ਜਥੇਬੰਦੀ ਜਾਬਤੇ ਵਾਲੀ ਜਥੇਬੰਦੀ ਆ, ਜਿਸ ਤਰ੍ਹਾਂ ਦੇ ਕਮੇਟੀ ਦੇ, ਸਾਡੀ ਸੂਬਾ ਕਮੇਟੀ ਦੇ ਸਾਡੇ ਪ੍ਰੋਗਰਾਮ ਹੁੰਦੀਆਂ ਨੇ, ਪਾਲਣਾ ਕਰਦੇ ਹੋ। ਬਾਈ ਜੀ, ਤੁਹਾਡਾ ਕੀ ਕਹਿਣਾ ਖਾਸ ਕਰਕੇ ਜ਼ੀਰਾ ਫੈਕਟਰੀ ਨੂੰ ਲੈ ਕੇ? ਮੈਂ ਦਵਿੰਦਰ ਸਿੰਘ ਸੀਲ, ਬਲਾਕ ਪ੍ਰਧਾਨ ਘਨੌਰ। ਜ਼ੀਰਾ ਫੈਕਟਰੀ ਨੂੰ ਲੈ ਕੇ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਉਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ, ਅਤੇ ਜਿਹੜੇ ਲੋਕ ਉੱਥੇ 40-40 ਪਿੰਡਾਂ ਦੇ ਪਾਣੀ ਤੋਂ ਮਤਲਬ ਪ੍ਰਭਾਵਿਤ ਹੋ ਕੇ ਮਰ ਰਹੇ ਨੇ, ਕਾਲਾ ਪੀਲੀਆ ਮਤਲਬ ਕੈਂਸਰ ਵਰਗੇ ਭਿਆਨਕ ਰੋਗ ਅਤੇ ਜਨ ਜੀਵਨ ਠੱਪ ਹੋ ਰਿਹਾ, ਇਸ ਕਰਕੇ ਉਹ ਫੈਕਟਰੀ ਬਿਲਕੁਲ ਬੰਦ ਹੋਣੀ ਚਾਹੀਦੀ ਹੈ। ਉਹ ਉਹਨਾਂ ਦੇ ਕਾਰਨ ਜਨਤਾ ਨੂੰ ਬਹੁਤ ਮਤਲਬ ਦਿੱਕਤਾਂ ਆ ਰਹੀਆਂ ਨੇ। ਅਤੇ ਜਿਹੜਾ ਰਹੀ ਗੱਲ ਇਹ ਟੂਲ ਪਲਾਜ਼ਾ ਦੀ, ਟੂਲ ਪਲਾਜ਼ਾ ਜੋ ਵੀ ਸਾਡੇ 'ਤੇ ਔਰੰਗਜ਼ੇਬ ਵਾਲਾ ਜਜੀਆ ਟੈਕਸ ਲਾਰ ਕੇ ਆਏ, ਇਹ ਜਦੋਂ ਅਸੀਂ ਗੱਡੀ ਲੈਂਦੇ ਹਾਂ ਬਾਈ ਉਸ ਟਾਈਮ ਟੈਕਸ ਭਰਦੇ ਹਾਂ, ਸਾਰਾ ਕੁਝ ਕਰਦੇ ਹਾਂ, ਅਤੇ ਰੋਡ ਦੇ ਚੜ੍ਹਨ ਦੇ ਸਾਰ ਹੀ ਇਹ ਟੈਕਸ, ਫਿਰ ਇਹ ਸਿੱਧਾ ਡਾਇਰੈਕਟ ਟੈਕਸ ਸਾਨੂੰ, ਇਹ ਗਲਤ ਹੈ, ਇਹ ਕਿਸੇ ਵੀ ਹਿਸਾਬ ਕਾਨੂੰਨ ਸਰਕਾਰਾਂ ਦਾ ਨਹੀਂ ਬਣਦਾ। ਗੱਲ ਹੋਰ ਦੱਸੋ, ਜਿਹੜਾ ਤੁਹਾਡਾ ਆਹ 3 ਘੰਟੇ ਦਾ ਫ੍ਰੀ ਕੀਤੇ ਟੋਲ ਪਲਾਜ਼ੇ, ਆਹ ਜਿਹੜਾ ਮੈਸੇਜ ਹੈ ਆਹ ਪੰਜਾਬ ਸਰਕਾਰ ਵੱਲ ਸਿੱਧਤ ਹੈਗਾ ਜਾਂ ਫਿਰ BJP ਕੇਂਦਰ ਸਰਕਾਰ ਵੱਲ? ਇਹ ਸਾਡਾ ਪੰਜਾਬ ਸਰਕਾਰ ਵੱਲ ਵੀ ਹੈ ਅਤੇ BJP ਵੱਲ, ਅਸੀਂ ਮੌਕੇ ਦੀਆਂ ਸਰਕਾਰਾਂ। ਉਗਰਾਹਾਂ ਜਥੇਬੰਦੀ ਦਾ ਖਾਸ ਕਰਕੇ ਫੋਕਸ ਆ ਰਿਹਾ ਕਿ ਜਿਹੜੇ ਕਾਰਪੋਰੇਟ ਹਾਊਸ ਹੈਗੇ ਨੇ ਇਹਨਾਂ ਦੇ ਖਿਲਾਫ਼ ਸਾਡੀ ਜਥੇਬੰਦੀ ਹੈ। ਇਹ ਕਾਰਪੋਰੇਟ ਘਰਾਣਾ ਦੇ ਖਿਲਾਫ਼ ਵੀ ਹੈਗਾ, ਅਸੀਂ ਹੈਗੇ ਹਾਂ ਕਿ ਕਾਰਪੋਰੇਟ ਘਰਾਣੇ ਸਾਡੀ ਆਮ ਜਨਤਾ ਦਾ ਘਾਣ ਕਰ ਰਹੇ ਨੇ, ਅਤੇ ਇਹ ਵੱਡੇ ਵੱਡੇ ਜਿਹੜੇ ਪ੍ਰੋਜੈਕਟ ਲਾ ਰਹੇ ਨੇ, ਆਹ ਮਡੌਲੀ ਪ੍ਰੋਜੈਕਟ ਲੱਗਿਆ ਸਾਨੂੰ ਲੁੱਟਣ ਦਾ ਹੁਣ ਲੱਗ ਰਿਹਾ, ਉਹ ਪਾਣੀ ਲੈ ਕੇ ਸਾਡੀ ਉਹ ਨਹਿਰ 'ਚੋਂ ਪਾਣੀ ਲੈ ਕੇ ਸਾਨੂੰ ਪਿੰਡਾਂ ਦੇ ਵਿੱਚੋਂ। ਮੰਡੌਲੀ ਟਰੀਟਮੈਂਟ ਜਿਹੜਾ ਵਾਟਰ ਟਰੀਟਮੈਂਟ ਪਲਾਂਟ ਹੈ, ਉਹ ਤਾਂ ਕਹਿੰਦੇ ਕਿ ਪਾਣੀ ਥੱਲੇ ਦਾ ਪਾਣੀ ਖਰਾਬ ਹੋ ਗਿਆ, ਜਿਹੜਾ ਨਹਿਰੀ ਪਾਣੀ ਹੈਗਾ ਇਸ ਪਾਣੀ ਨੂੰ ਅਸੀਂ ਟ੍ਰੀਟ ਕਰਕੇ ਹਲਕੇ ਦੇ ਲੋਕਾਂ ਤੱਕ ਪਹੁੰਚਾਵਾਂਗੇ।
ਦੇਵਾਂਗੇ ਇਹਦੇ ਚ ਗਲਤ ਕੀ ਹੈ ਇਹ ਗਲਤ ਹੈ ਇਹ ਬਿਲਕੁਲ ਗਲਤ ਹੈ ਫ੍ਰੀ ਚੀਜ਼ ਗੌਰਮੈਂਟ ਕੋਈ ਵੀ ਨਹੀਂ ਦਿੰਦੀ ਇੱਕ ਸੂਈ ਵੀ ਗੌਰਮੈਂਟ ਫ੍ਰੀ ਨਹੀਂ ਦਿੰਦੀ ਕਿਉਂਕਿ ਇਹ ਪਾਣੀ ਸਾਤੋਂ ਸਾਡੇ ਬਿੱਲ ਲਾਏ ਜਾਣਗੇ ਵੱਡੇ ਬਿੱਲ ਸਾਤੋਂ ਭਰੇ ਨਹੀਂ ਜਾਣੇ ਅਤੇ ਅਸੀਂ ਇਹ 'ਤੇ ਨਿਰਭਰ ਹੋ ਜਾਵਾਂਗੇ ਇਸ ਕਰਕੇ ਜਿਹੜੀਆਂ ਫੈਕਟਰੀਆਂ ਨੇ ਸਾਡਾ ਭੂੰਜਲ ਭੰਡਾਰ ਖਰਾਬ ਕਰ ਰਹੀਆਂ ਨੇ ਅਤੇ ਪਾਣੀ ਵੇਚਣ ਦੀ ਸਕੀਮ ਦੇ ਵਿੱਚ ਨੇ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਸੱਤ ਸਮੁੰਦਰਾਂ ਪਾਰ ਬੈਠੇ ਨੇ ਜਿਹੜੇ ਉਹ ਕਹਿੰਦੇ ਆ ਵੀ ਸਾਡੀ ਨੀਤੀਆਂ ਲਾਗੂ ਕਰੋ WTO ਦੀ ਨੀਤੀ ਦੇ ਅਨੁਸਾਰ ਧਰਤੀ ਹੇਠਲਾ ਪਾਣੀ ਇਹਨਾਂ ਨੂੰ ਬਿਲਕੁਲ ਨਾ ਕੱਢਣ ਦਿਓ ਪ੍ਰਦੂਸ਼ਣ ਹੋ ਜੇ ਅਤੇ ਇਹ ਫਿਰ ਮੁੱਲ ਪਾਣੀ ਲੈਣਗੇ ਜਨਤਾ ਦੇ ਸਾਡੇ 'ਤੇ ਬੋਝ ਪਵੇਗਾ ਅਸੀਂ ਪਾਣੀ ਤੋਂ ਬਿਨਾਂ ਜਲ ਜੀਵਨ ਰਹਿ ਨਹੀਂ ਸਕਦੇ ਹਾਂ ਜਥੇਬੰਦੀ ਆਹ ਗੱਲ ਕਹਿੰਦੀ ਹੈ ਕਿ ਜਿਹੜੇ ਵਾਟਰ ਟ੍ਰੀਟਮੈਂਟ ਪਲਾਂਟ ਹੈਗੇ ਨੇ ਆਹ ਵਰਲਡ ਬੈਂਕ ਦੇ ਇਸ਼ਾਰਿਆਂ 'ਤੇ ਕੰਮ ਕਰਨਗੇ ਇਸ ਕਰਕੇ ਅਸੀਂ ਇਹਨਾਂ ਦਾ ਵਿਰੋਧ ਕਰਦੇ ਹਾਂ ਹਾਂਜੀ ਅਸੀਂ ਵਿਰੋਧ ਕਰਦੇ ਹਾਂ ਇਹ WTO ਦੇ ਅਨੁਸਾਰ ਇੱਥੇ ਨੀਤੀਆਂ ਬਣਾਈਆਂ ਜਾ ਰਹੀਆਂ ਨੇ ਸਾਡਾ ਹੀ ਪਾਣੀ ਸਾਨੂੰ ਇਹ ਮੁੱਲ ਵੇਚਿਆ ਜਾਊਗਾ ਇਸ ਕਰਕੇ ਜੇ ਧਰਤੀ ਦਾ ਪ੍ਰਦੂਸ਼ਣ ਪਹਿਲਾਂ ਹੀ ਨਾ ਪਾਣੀ ਕੀਤਾ ਜਾਵੇ ਫੈਕਟਰੀਆਂ ਲਾ ਕੇ ਅਸੀਂ ਜਿਵੇਂ ਸਦੀਆਂ ਤੋਂ ਚੱਲਿਆ ਆ ਰਿਹਾ ਕੰਮ ਸਾਡਾ ਇਸ ਤਰ੍ਹਾਂ ਹੀ ਚੱਲੀ ਜਾਊਗਾ ਇਹ ਅਸੀਂ ਕਹਿਣਾ ਚਾਹੁੰਦੇ ਹਾਂ ਗੁਰਾਂ ਜਥੇਬੰਦੀ ਕਹਿੰਦੀ ਹੈ ਜ਼ੀਰਾ ਫੈਕਟਰੀ ਨੂੰ ਕਹਿੰਦੇ ਆਮ ਆਦਮੀ ਪਾਰਟੀ ਸਰਕਾਰ ਕਹਿੰਦੀ ਹੈ ਕਿ ਸਾਡੇ ਹੁੰਦਿਆਂ ਤਾਂ ਨਹੀਂ ਲੱਗੀ ਆਹ 6 ਦੇ ਵਿੱਚ ਕਾਂਗਰਸ ਸਰਕਾਰ ਸੀ ਉਹਨਾਂ ਨੇ ਨੋਟੀਫਾਈ ਕੀਤੇ ਅਤੇ 7 ਦੇ ਵਿੱਚ ਅਕਾਲੀ ਦਲ ਗਵਰਨਮੈਂਟ ਆ ਗਈ ਉਹਨਾਂ ਦੇ ਸਮੇਂ ਸਭ ਕੁਛ ਹੋਇਆ ਅਤੇ ਸਾਡੇ ਪਰ ਸਾਨੂੰ ਤੰਗ ਕਿਉਂ ਕੀਤਾ ਜਾ ਰਿਹਾ ਇਹ ਗੱਲ ਇੱਦਾਂ ਜੀ ਕਿ ਚਲੋ ਭਗਵੰਤ ਮਾਨ ਸਰਕਾਰ ਕਹਿੰਦੀ ਸਾਡੇ ਵੇਲੇ ਨਹੀਂ ਲੱਗਿਆ ਚਲੋ ਭਗਵੰਤ ਮਾਨ ਵੀ ਕਹਿੰਦਾ ਹੈ ਇਹਦੇ ਹੋਰ ਵੀ ਕਹਿੰਦੇ ਨੇ ਕਿ ਅਕਾਲੀ ਵੀ ਚੋਰ ਸੀ ਅਤੇ ਕਾਂਗਰਸ ਵੀ ਉਹਨਾਂ ਨੇ ਨਹੀਂ ਬੰਦ ਕਰੀ ਤਾਂ ਇਹ ਬੰਦ ਕਰ ਦੇਵੇ ਇਹਦੇ ਉੱਪਰ ਕਿਹੜਾ ਆਰਾ ਟੀਕੇ ਆ ਵੀ ਇਹ ਬੰਦ ਨਹੀਂ ਕਰ ਸਕਦਾ ਹੈਗਾ ਗੱਲ ਇਹ ਆ ਕਿ ਚੋਰਾਂ ਦੇ ਨਾਲ ਚੋਰ ਰਲੇ ਨੇ ਅੱਗੇ ਉਹੀ ਨੀਤੀਆਂ ਚੱਲ ਰਹੀਆਂ ਨੇ ਇਹ ਸਰਕਾਰਾਂ ਦੀ ਗੱਲ ਨਹੀਂ ਹੈ ਵੀਰੇ ਇਹ ਗੱਲ ਹੈਗੀ ਆ ਕਿ ਜਿਹੜੇ ਕਾਰਪੋਰੇਟ ਘਰਾਣੇ ਆ ਲਗਾਤਾਰ ਸਾਡੀ ਲੁੱਟ ਕਰ ਰਹੇ ਨੇ ਜਿਹੜੀ ਤੁਸੀਂ ਗੱਲ ਆ ਪਲਾਂਟ ਦੀ ਕਰਕੇ ਹਟਿਓ ਟ੍ਰੀਟਮੈਂਟ ਪਲਾਂਟ ਦੀ ਇਹ ਸਾਡੇ ਪਾਣੀਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਸੌਂਪਣ ਦੀ ਇੱਕ ਨੀਤੀ ਆ ਜਿਹੜੀ ਸਾਨੂੰ ਸਮਝ ਕੇ ਰੋਕਣੀ ਪੈਣੀ ਆ ਉਸੇ ਨੀਤੀ ਤਹਿਤ ਇਹ ਕਾਰਪੋਰੇਟ ਘਰਾਣੇ ਸਾਡੀ ਲੁੱਟ ਕਰ ਰਹੇ ਆ ਸਰਕਾਰਾਂ ਨੂੰ ਫੰਡਿੰਗ ਹੁੰਦੀ ਆ ਚਾਹੇ ਉਹ ਅਕਾਲੀ ਦਲ ਦੀ ਆ ਚਾਹੇ ਕਾਂਗਰਸ ਦੀ ਆ ਚਾਹੇ ਆਪਣੀ ਆਮ ਆਦਮੀ ਪਾਰਟੀ ਦੀ ਆ ਉਸੇ ਕਰਕੇ ਫੈਕਟਰੀ ਨੂੰ ਭਗਵੰਤ ਮਾਨ ਬੰਦ ਕਰਨ ਤੇ ਰਾਜੀ ਨੇ ਕਿਸਾਨ ਆਪਣੀ ਸਰਕਾਰ ਕਿਉਂ ਨਹੀਂ ਬਣਾ ਲੈਂਦੇ ਨਹੀਂ ਕਿਸਾਨ ਕਿਉਂਕਿ ਅਸੀਂ ਇਸ ਚੀਜ਼ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਕਿਉਂਕਿ ਇੱਥੇ ਜਾ ਕੇ ਚਿਹਰੇ ਬਦਲਦੇ ਨੇ ਉਹੀ ਕੰਮ ਹੋ ਜਾਣਾ ਕਿਸਾਨਾਂ ਨੂੰ ਅਸੀਂ ਤਾਂ ਇੱਕ ਮਤਲਬ ਕਿ ਆਪਣੇ ਹੱਕਾਂ ਵਾਸਤੇ ਲੜਨੇ ਵਾਲੀ ਜਥੇਬੰਦੀ ਆ ਅਤੇ ਉਸੇ ਨੀਤੀ ਦੇ ਤਹਿਤ ਚੱਲਦੀ ਇੱਕ ਵਿਰੋਧੀ ਧਿਰ ਦਾ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰੀ ਆ ਕੰਮ ਕਰਕੇ ਸਰਕਾਰ 'ਤੇ ਦਬਾਓ ਪਾ ਕੇ ਲੋਕਾਂ ਦੇ ਹੱਕਾਂ ਵਾਸਤੇ ਆਵਾਜ਼ ਬੁਲੰਦ ਕਰਨ ਦੀ ਨੀਤੀ 'ਤੇ ਚੱਲਣਾ ਮਤਲਬ ਕਿ ਸਹੀ ਸੰਘਰਸ਼ ਕਦੋਂ ਤੱਕ ਕਰਦੇ ਰਹੋਗੇ ਤੁਸੀਂ ਸਰਕਾਰ ਤਾਂ 5 ਸਾਲ ਬਾਅਦ ਸਰਕਾਰ ਚੇਂਜ ਹੋ ਜੂਗੀ ਸਟੇਟ ਦੇ ਵਿੱਚ ਚੇਂਜ ਹੋ ਜੂਗੀ ਸੈਂਟਰ ਦੇ ਵਿੱਚ ਚੇਂਜ ਹੋ ਜੂਗੀ ਪਰ ਕੀ ਸੜਕਾਂ 'ਤੇ ਹੀ ਰਹੋਗੇ ਸਾਰੀ ਉਮਰ ਤਮਾਮ ਦੇਖੋ ਜਿਹੜਾ ਸਾਡੀ ਜਥੇਬੰਦੀ ਦਾ ਨੀਤੀ ਪਾਲਿਸੀ ਆ ਉਹ ਸੰਘਰਸ਼ਾਂ ਦੀ ਉਹ ਨੀਤੀ ਪਾਲਿਸੀ ਆ ਅਸੀਂ ਕਿਸੇ ਸਰਕਾਰ ਦੇ ਵਿਰੁੱਧ ਇਹ ਕੋਈ ਧਰਨੇ ਪ੍ਰਦਰਸ਼ਨ ਨਹੀਂ ਕਰਦੇ ਕਿਉਂਕਿ ਸਰਕਾਰਾਂ ਤਾਂ ਜਦੋਂ ਦਾ ਅਖੌਤੀ ਕਹਿੰਦੇ ਆਪਾਂ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਹੀ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਨਵੀਆਂ ਨਵੀਆਂ ਅਤੇ ਲੋਕਾਂ ਦੀ ਆ ਜਿਹੜੀ ਲੁੱਟ ਉਸੇ ਤਰ੍ਹਾਂ ਜਾਰੀ ਆ ਅਸੀਂ ਸਿਰਫ ਇਹ ਨੀਤੀ ਪਾਲਿਸੀਆਂ ਅਤੇ ਕਾਰਪੋਰੇਟ ਘਰਾਣੇ ਜਿਹੜੇ ਅਸੀਂ ਨੀਤੀ ਪਾਲਿਸੀਆਂ ਦੇ ਖਿਲਾਫ ਇਹ ਧਰਨੇ ਦੇ ਰਹੇ ਨਾ ਕਿ ਕਿਸੇ ਸਰਕਾਰ ਦੇ ਕਿਉਂਕਿ ਨੀਤੀ ਪਾਲਿਸੀਆਂ ਨੇ ਜਿਹੜੀਆਂ ਸਰਕਾਰਾਂ ਤੋਂ ਲਾਗੂ ਇਹ ਜਿਹੜੇ WTO ਵਰਗੇ ਵੱਡੇ ਪਿੱਛੇ ਵਰਲਡ ਬੈਂਕ ਵਰਗੇ ਔਰਗਨਾਈਜੇਸ਼ਨਾਂ ਨੇ ਜਿਹੜੀਆਂ ਉਹ ਇਹਨਾਂ ਨੂੰ ਚਲਾਉਂਦੀਆਂ ਨੇ ਕਿਉਂਕਿ ਪਹਿਲਾਂ ਅਕਾਲੀ ਵੀ ਕਾਫੀ ਟਾਈਮ ਰਹੇ ਨੇ ਕਾਂਗਰਸ ਵਾਲੇ ਵੀ ਰਹੇ ਨੇ ਅਤੇ ਹੁਣ ਆਮ ਆਦਮੀ ਪਾਰਟੀ ਵੀ ਉਸੇ ਲੀਹ ਦੇ ਉੱਤੇ ਹੀ ਚੱਲ ਰਹੀ ਆ ਲੋਕਾਂ ਨੂੰ ਇਹਨਾਂ 'ਤੇ ਵਿਸ਼ਵਾਸ ਸੀਗਾ ਵੀ ਇਹ ਬਦਲਾਓ ਲਿਆਉਣਗੇ ਪਰ ਜਿਹੜਾ ਇਹ ਬਦਲਾਓ ਲਿਆ ਰਹੇ ਨੇ ਪਿਛਲੇ 70 ਸਾਲ ਦੇ ਵਿੱਚ ਵੀ ਇੰਨੀ ਤੇਜ਼ੀ ਨਾਲ ਪ੍ਰਾਈਵੇਟਾਈਜੇਸ਼ਨ ਨਹੀਂ ਤੁਹਾਨੂੰ ਆਮ ਆਦਮੀ ਪਾਰਟੀ ਤੋਂ ਉਮੀਦ ਸੀ ਤੁਹਾਨੂੰ ਨਹੀਂ ਸਾਨੂੰ ਆਪਣੀ ਜਥੇਬੰਦੀ ਨੂੰ ਸਾਨੂੰ ਕੋਈ ਇਸ ਤੋਂ ਉਮੀਦ ਨਹੀਂ ਸੀਗੀ ਕਿਉਂਕਿ ਅਸੀਂ ਤਾਂ ਇਲੈਕਸ਼ਨਾਂ ਤੋਂ ਪਹਿਲਾਂ ਹੀ ਲੋਕਾਂ ਨੂੰ ਇਹ ਵੀ ਚੱਲਦੀ ਹੈ ਕਿ ਉਹ ਗ੍ਰਾਂ ਜਥੇਬੰਦੀ ਪਾਰਟੀ ਦੇ ਹੱਕ 'ਚ ਭੁਗਤੀ ਹੈ ਦੇਖੋ ਸਾਡੇ ਜਿਹੜੇ ਆਗੂ ਨੇ ਅਸੀਂ ਤਾਂ ਖੁਦ ਵੋਟਾਂ ਪਾਉਣ ਵੀ ਨਹੀਂ ਜਾਂਦੇ ਹੈਗੇ ਜਿਹੜੇ ਸਾਡੇ ਆਗੂ ਨੇ ਉਹ ਅਸੀਂ ਵੋਟਾਂ 'ਚ ਵਿਸ਼ਵਾਸ ਹੀ ਨਹੀਂ ਰੱਖਦੇ ਜੇਕਰ ਤੁਸੀਂ ਵੋਟ ਨਹੀਂ ਪਾਉਂਦੇ ਹੈਗੇ ਤਾਂ ਫਿਰ ਤੁਸੀਂ ਕਿਹੜੇ ਮਤਲਬ ਕਿਸ ਚੇਂਜ ਦੀ ਗੱਲ ਕਰਦੇ ਹੋ ਤੁਸੀਂ ਦੇਖੋ ਜਿਹੜੇ ਇੱਥੇ ਬੈਠੇ ਅੱਜ ਇਹ ਲਾਇਆ ਵਾ ਟੈਕਸ ਅੱਜ ਲੋਕਾਂ ਦੀ ਇਕੱਤਰਤਾ ਤੁਹਾਡੇ ਸਾਹਮਣੇ ਆ 3 ਘੰਟੇ ਵਾਸਤੇ ਲੋਕਾਂ ਦੇ ਇਕੱਠ ਨੇ ਲੋਕਾਂ ਦੇ ਸਹਿਯੋਗ ਨੇ ਫ੍ਰੀ ਕਰਤਿਆ ਪਹਿਲਾਂ ਹਰ ਵਕਤ ਇਹ ਚੱਲਦਾ ਅਸੀਂ ਲੋਕਾਂ ਨੂੰ ਇਹ ਦੱਸਣਾ ਚਾਹੁੰਦੇ ਹਾਂ ਵੀ ਆਪਣੀ ਤੁਸੀਂ ਤਾਕਤ ਨੂੰ ਪਛਾਣੋ ਕਿਉਂਕਿ ਜਿਹੜਾ ਕੋਈ ਵੀ ਗਲਤ ਕੰਮ ਹੁੰਦਾ ਕੋਈ ਵੀ ਸਰਕਾਰ ਆਊਗੀ ਉਹਦੇ ਪਿੱਛੇ ਨੀਤੀਆਂ ਪਾਲਿਸੀਆਂ ਨੇ ਜਿਹੜੀਆਂ ਇਹ ਕਾਰਪੋਰੇਟ ਘਰਾਣਿਆਂ ਦੀਆਂ ਨੇ ਉਹਨਾਂ ਨੂੰ ਬਦਲਣ ਵਾਸਤੇ ਆਪਾਂ ਲੋਕਾਂ ਨੂੰ ਅਸੀਂ ਤਾਂ ਕਹਿੰਦੇ ਵੀ ਹਰ ਇੱਕ ਇਕੱਲੇ ਕਿਸਾਨ ਨੇ ਮਜ਼ਦੂਰ ਮੁਲਾਜ਼ਮ ਜਿੰਨਾ ਵੀ ਤਬਕਾ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ ਇੱਕ ਪਲੇਟਫਾਰਮ 'ਤੇ ਉਹ ਤੋਂ ਬਾਅਦ ਇਹ ਨੀਤੀਆਂ ਪਾਲਿਸੀਆਂ ਬਦਲੀਆਂ ਜਾ ਸਕਦੀਆਂ ਨੇ ਅਤੇ ਖਾਸ ਕਰਕੇ ਜਿਵੇਂ ਬੀਤੇ ਕੱਲ੍ਹ ਮੀਟਿੰਗ ਸੀ ਪਾਣੀਆਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦੀ ਉੱਥੇ ਕਹਿੰਦੇ ਕਿ ਬਹੁਤ ਮਜ਼ਬੂਤੀ ਦੇ ਨਾਲ ਪੱਖ ਰੱਖਿਆ ਮੁੱਖ ਮੰਤਰੀ ਪੰਜਾਬ ਨੇ ਦੋ ਟੁੱਕ ਗੱਲ ਕੀਤੀ ਹੈ ਕਿ ਸਾਡੇ ਕੋਲ ਪਾਣੀ ਨਹੀਂ ਹੈਗਾ ਦੇਖੋ ਗੱਲ ਤਾਂ ਇੱਦਾਂ ਕਿ ਉਹ SYL ਦੇ ਮੁੱਦਾ ਹੈ ਉਹ ਜਿਹੜਾ ਇਹਨਾਂ ਨੇ ਸਰਕਾਰਾਂ ਨੇ ਇਹ
जिहड़े राजनीति करने वाले लोग ने इन्हां ने एक वोटां वास्ते रख्या होया पानी दा। हुण पंजाब दा पानी पहलां भी बड़ा बाहर जा रहा है, कोई हरियाणे नाल साडी दिल्ली अंदोलन च भी भाईचारक सांझ आ, ओह इक अड्ड मसला है, उहदे विच कोई एड्डी बड़ी गल नहीं, जिथे पानी दी जिहनूं लोड़ उस हिसाब नाल वंडिया जा सकदा। पर इह सरकारां हुण मीटिंग दे विच कहि दिया, मीडिया दे विच भी भगवंत मान ने बड़ा स्ट्रोंगली नाल मतलब कि अपना पक्ष रख्या, तो वो करके लोगों को हो गया पता नहीं भगवंत मान ने SYL बंद करती, पहला कड़ा वो चल रही थी। ये सोचण दी गल्लां ने, सिर्फ उस टाइम मुद्दा उभारिया जाता जो होर मुद्दे थले दबने होंगे ने, उन्होंने दबण वास्ते साडी भाईचारक सांझ तोड़न वास्ते मुद्दे उभारे जाते हैं समय समय से, यह पक्का रख्या होया नहीं सरकार इन्हों हल भी कर सकती है बिठा के दोवें राज्यों। थोड़ा 3 घंटे का जाम खत्म हो जूगा, जाम तो भाव के टोल पला दे चल पैणगे, उस तो बाद की प्रोग्राम? नहीं उस तो बाद का प्रोग्राम तो देखो ये आ कि एक संकेतक धरना जो लग्या होया, रोड बंद कराया होया, टोल फ्री कराया होया, रोड तो नहीं कह रोड चल रहा बकायदा ट्रैफिक, तो इस तो बाद अगे जिमें भी सूबा कमेटी की कोई रणनीति तैयार करे, हो सकता अगे कोई लंबा एक्शन आ जाए उसते जिमें भी सानू उपरों हदायत हो उसते खड़ा जी। एक बार तुम फिर देख सकते हो मेरे आले दुआले के किसान सारे इकट्ठे हुए ने, मंगा दे विचों वड्डी मंग एक आह भी शामिल है, लगातार शामिल है कारपोरेट घराणियां दे वड्डे जिहड़े हाउसस हैगे ने उन्हां दे खिलाफ आह मंग है, ते सरकारां नूं सिद्धत आह मंग है, जिन्ने भी टोल प्लाजे ने कहिंदे कि गैर कानूनी तरीके दे नाल साडे तों आह फंडिंग लैंदे ने, जजिया कर किसानां ने इहनूं नाम दिता कि सानूं आह मंजूर नहीं हैगा, जेकर नहीं सरकारां ते नहीं कारपोरेट हाउस इहनां वल संकेत करनगे, नहीं इस गल नूं समझणगे, तां हो सकदा किसान अगू कहिंदे कि टोल प्लाजियां दे उत्ते असीं फिर घराओ करिए, जां बिल्कुल असीं चक्कण दे इहनां नूं कोई अंदोलन होऊगा उहदे 'च असीं शमूलीयत करांगे वड्डे पद्धर उत्ते, ते रणनीति अगे जा के आह कोई उलिकी जाऊगी। तमाम उग्रां जथेबंदी दी खास करके जदों आपां गल करदे आं केडर दी, इक्को मनशा दे नाल अगे वधदी है कि जिहड़े कारपोरेट हाउस हैगे ने उद्योगपति हैगे ने जिन्हां निजीकरण जिहड़ियां सरकारी संस्थावां दा हो रहा इस दे खिलाफ लगातार जोगिंदर सिंह उग्रां भी अपनी गल करदे रहिंदे ने। दोस्तों मैं इस वेले मौजूद सी ਧਰੇੜੀ ਜੱਟਾਂ टोल प्लाजे उत्ते, इत्थे किसानां वल्लों टोल प्लाजे फ्री किए ने, तुसीं देख रहे सी आह रिपोर्ट लोकरण चैनल पंजाबी ते, मैं गुरजिंदर सिंह पंगू कैमरामैन जहीर।